ਉਹ ਤੇਰੀ ਭੈਣ ਨੂੰ ਤੇਰੀ ਭੈਣ ਨੂੰ ਡਰਾਤਾ ਈ ਓਏ ਕੁੱਤਿਆ ਸਾਲਿਆ ਕਿੱਥੇ ਗਿਆ ਇਹ ਰੁਕ ਜਾ ਉਹ ਕੁੜੀ ਚੱਕ ਲੈ ਗਿਆ ਤੇਰੀ ਮਾਂ ਨੂੰ ਤੇਰੀ ਨੂੰ ਉਹਨੇ ਮਿਸ਼ਨ ਖਰਾਬ ਕਰਾ ਦੇਣਾ ਮੇਰਾ ਜਾ ਭਰਾਵਾ ਕਿਉਂ ਗੋਲੀਆਂ ਦਾ 베ਰੀ ਬਣਿਆ ਪਿਆ ਸਾਲਾ ਕੁੱਤੇ ਦਾ ਬੱਚਾ ਵੂਹ ਕੀ ਮਜ਼ਾ ਆ ਰਹਾ ਹੈ ਬਿੱਲਾ ਤੂੰ ਮਜ਼ਾਕ ਹੀ ਸਮਝਦੇ ਆ ਮੈਨੂੰ ਤਾਂ ਸਮਝਦੇ ਆ ਕਿ ਇਹ ਸ਼ੁਗਲ ਮੇਲੇ ਲਾਉਣ ਵਾਲਾ ਬੰਦਾ ਸਾਲਿਆ ਪੜਪੜੇ ਤੇ ਗੋਲੀ ਮਾਰੂੰ ਬਹੁਤ ਜ਼ੋਰ ਨਾਲ ਦਰਵਾਜੇ ਚ ਚਲਦੇ ਆ ਦੇਖਦੇ ਆ ਓਏ ਹੋਏ ਲੱड्डੂ ਪਿਆਈ ਬਾਬੇ ਐਸ਼ਲੀ ਲੱਭਣੀ ਆ ਬੱਕਲੇ ਦੇ ਵਿੱਚੋਂ ਐਸ਼ਲੀ ਮੈਂ ਕਿਹਾ ਤੀ ਟੈਨਸ਼ਨ ਨਹੀਂ ਲੈਣੀ ਲੈ ਖੋਲਤਾ ਕੁੰਡਾ ਬੜ ਗਿਆ ਮੈਂ ਕਿਹਾ ਚੱਲ ਸਾਲਿਆ ਹੁਣ ਬਾੜ ਵੀ ਜਾ ਅੰਦਰ ਬਾਬੇ ਪੋਲੇ ਪੋਲੇ ਤਰਿੰਦਾ ਉਹ ਗਬਰੂ ਡੋਲੇ ਨੇ ਨਾੜਾ ਫੜਣ ਉਹ ਬਾਬੇ ਐਸ਼ਲੀ ਨਹੀਂ ਬੈਠੀ ਇਹ ਕੀਰਨੇ ਪਾਣ ਡਿਆ ਸਾਲੀਏ ਤੇਰਾ ਕੋਈ ਸ਼ਬੀਲ ਵਾਲਾ ਲਫਾਫਾ ਖੋ ਕੇ ਲੈ ਗਿਆ ਜੱਜ ਭਾਈ ਦੇ ਛੋਲੇ ਪਾਇ ਹੁੰਦੇ ਆ ਭਾਈ ਗਲੇਟੂ ਸੇ ਟਾਂਡੀ ਚੰਦਰੀ ਗਲੇਟੂ ਉਹ ਕਹਿੰਦਾ ਪਿੱਛੇ ਰਾ ਪਿੱਛੇ ਰਾ ਕਹਿੰਦਾ ਮੈਂ ਤੈਨੂੰ ਹਟ ਕਰ ਦੇਣਾ ਕਹਿੰਦੀ ਵਿਚਾਰੇ ਪਿੱਤ ਨਿਕਲਿਆ ਈ ਓਏ ਕਹਿੰਦੀ ਮੈਂ ਬਹੁਤ ਡਰੀ ਹੋਈ ਆ ਕਹਿੰਦੀ ਇਹ ਕਦੋਂ ਹੋਇਆ ਕਹਿੰਦੀ ਮੈਂ ਆਪਣਾ ਆਪਰੇ ਹੀ ਨਹੀਂ ਓਏ ਹੋਏ 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 ਕਹਿੰਦੀ ਮੈਂ ਕੁਝ ਹੋ ਰਹੀ ਆ ਕਹਿੰਦਾ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾਲ ਪਤਾ ਡਰਿੰਗੋ ਕਹਿੰਦਾ ਤੂੰ ਟੈਨਸ਼ਨ ਨਾਲ ਹੈ ਕਹਿੰਦੀ ਤੂੰ ਵੀ ਓਏ ਹੋਏ 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 ਕਹਿੰਦੀ ਯੂਕੇ ਆ ਫਰੇਡ ਫਰੂਡ ਹੋਣਾ ਕਹਿੰਦਾ ਕਹਿੰਦਾ ਤੂੰ ਭੱਜ ਨਹੀਂ ਸਕਦੀ ਕਹਿੰਦਾ ਆਪਾਂ ਨੂੰ ਅੱਗੇ ਵਧਣਾ ਪੈਣਾ ਕਹਿੰਦਾ ਆਪਾਂ ਇਹਨੂੰ ਬੀਟ ਕਰਾਂਗੇ ਟੁਗੈਦਰ ਇਕੱਠੇ ਓਹੋ ਕੱਲੀ ਬੈਲੋੜੀ ਪਤਾ ਮੈਂ ਕਰ ਸਕਦੇ ਕਿ ਨਹੀਂ ਕਰ ਤੂੰ ਕਰ ਸਕਦੀ ਆ ਕਹਿੰਦਾ ਮੈਨੂੰ ਹੈਡਟਪ ਦੇ ਦੇ ਕਹਿੰਦੇ ਅੱਗੇ ਤੋਂ ਕਹਿੰਦਾ ਜੇ ਮੇਰੇ ਖੋਬਣ ਤੋਂ ਪਹਿਲਾਂ ਕੁਝ ਮੈਨੂੰ ਕਹਿੰਦਾ ਹੱਥ ਖੜੇ ਕਰਕੇ ਦੱਸ ਦੀ ਕਹਿੰਦੀ ਲਿਓ ਨਾ ਤੈਨੂੰ ਕਿਦਾ ਲੱਭ ਜੂ ਨਾ ਕਹਿ ਦਵੇ ਗੋਰ ਇਥੇ ਰੈসিডেন্ট ਭੂਦੀਆ ਗੇਮ ਤੇ ਲਫਟਰੀ ਚੱਲਣਾ ਪਵੇ ਕੀ ਹਾਲ ਚਿਰੋ ਮਿੱਤਰੋ ਵੈਲਕਮ ਬੈਕ ਭਾਈ ਜੀ ਸਾਰਾ ਪੋ ਬਚਤ ਕਰਦੇ ਹੋਂਪ ਮੇਰੇ ਵੀਰ ਸਾਰੇ ਚੜ ਦੀ ਕਲਾਚ ਹੋ ਗਏ ਕਹਿੰਦਾ ਛੱਡ ਦਲਾ ਮੇਰਾ ਬਿੱਲੀ ਨੇ ਚੂਹਾ ਘੇਰਿਆ ਸੋ ਲੋ ਵੀ ਮਿੱਤਰੋ ਜਰ ਮੈਂ ਜਝਬਾਤੀ ਹੋ ਜਾਦੀ ਉੱਚੀ ਬੋਲ ਗਿਆ ਮਿੱਤਰੋ ਅਗਲਾ ਐਪੀਸੋਡ ਆ ਗਿਆ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਐਸ਼ਲੀ ਆਪਾਂ ਲੱਭ ਲਈ ਆ ਮੇਰੇ ਸਾਲੇ ਦਾ ਲੁਕਣ ਮੀਚੀ ਵਾਲਾ ਕੰਮ ਹੋਇਆ ਪਰ ਜਿਨ੍ਹਾਂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਸ਼ੇਅਰ ਜਰੂਰ ਕਰ ਲਿਓ ਪੁਰਾਣੀ ਗੇ ਧੰਨਵਾਦ ਤੁਹਾਡਾ ਤੁਸੀਂ ਦੇਖਣ ਦੇ ਏਡੇ ਹੌਸਲੇ ਦੇ ਨਾਲ 2-3 ਦਿਨ ਦੇ ਤੋਂ ਬਸ ਅਪਰੇਲ ਦੇ ਵਿੱਚ ਵੀ ਨੂੰ ਆ ਰੋਜ਼ ਪਾ ਕਹਿੰਦੀਆਂ ਗਾਠ ਛਾੜ ਦੇਣਾ ਭਾਈ ਜੀ ਤਰੂਕਾ ਚਲੋ ਕਰਦੇ ਆਪਾਂ ਸਿੱਧੀ ਗੇਮ ਸ਼ੁਰੂ ਬਾਬਾ ਜੀ ਕਿਉਂਕਿ ਆਪਾਂ ਗੇਮ ਬੜਤ ਸੇ ਰੋਦੇ ਨੇ ਲਓ ਜੀ ਐਡੀਟਰ ਸਾਹਿਬ ਉਹ ਕਹਿੰਦਾ ਲੂਈਸ ਕਹਿੰਦਾ ਤੂੰ ਕਿੱਥੇ ਆ ਉਹ ਕਹਿੰਦਾ ਕਹਿੰਦਾ ਮੈਂ ਸਕੂਟ ਅਪ ਕਰਤਾ ਕਹਿੰਦਾ ਕਮ ਟੂ ਮਾਈ ਰੈਸਕਿਊ ਕਹਿੰਦਾ ਮੇਰੇ ਰੈਸਕਿਊ ਤੇ ਆ ਜਾ ਪ੍ਰਿੰਸ ਚਾਰਮਿੰਗ ਹਾਸ਼ਾ ਯੂ ਚਾਰਮਿੰਗ ਪੈਲ ਕਹਿੰਦਾ ਮੈਂ ਬਾਲਰੂਮ ਦੇ ਵਿੱਚ ਆ ਪਾਸਟ ਕੋਟ ਯਾਰਡ ਕਹਿੰਦਾ ਡੋਟ ਬੀ ਲੇਟ ਟੂ ਦਾ ਡਾਂਸ ਚਲੋ ਜੀ ਕਹਿੰਦਾ ਮੈਂ इट्स ਅ ਗਰੀਬ ਉਹ ਤੇ ਕਹਿੰ ਯਾਰ ਕਿੰਨੇ ਕਿ ਚੈਪਟਰ ਆ ਮੇਰੇ ਸਾਲਿਆ ਨੇ ਸੈਂਸ ਦੀ ਬੱਕਾ ਬਣਾਈ ਪਈਆ ਚੈਪਟਰ 1 2 3 4 5 ਆਪਣੇ ਕੋ ਦੇਖੀਏ ਬਾਬੇ ਨਾ ਗੋਲੀਆਂ ਆ ਚੱਲ ਆਪਣੇ ਕੋ ਇੱਕ ਗੱਲ ਤਾਂ ਚੰਗੀ ਹੈਗੀ ਆ ਬਾਬਾ ਜੀ ਪਰ ਯਾਰ ਆਪਣੇ ਕੋ ਗੋਲੀਆਂ ਘਾਤੇ ਹੈ ਨਹੀਂ ਗਈਆਂ ਇਹ ਤਾਂ ਪੰਡਿਤ ਜੀ ਬਾਤ ਬਹੁਤ ਗਲਤ ਹੋ ਗਈ। ਅੱਛਾ ਹੁਣ ਇਧਰੋਂ ਕੋਟ ਜਾੜ ਆਲੂ ਜਾਣਾ ਹੈ। ਉਹ ਬਾਬੇ ਆ ਦੇਖਿਆ ਦੇਖਿਆ ਮੈਂ ਕਰ ਚੱਲਾ ਸੀ ਨਾ ਮਟਕੇ ਮੈਸ ਕਰ ਚੱਲਾ ਸੀ ਨਾ ਮਟਕੇ ਮੈਸ। ਹੋਰ ਉਹੀ ਗੱਲ ਹੋ ਜਾਣੀ ਸੀ ਕਿ ਆ ਪੁੱਤਰੀ ਜੇ ਵੀ ਨਹੀਂ ਮੈਨੂੰ ਦੱਸਦੀ। ਫਿਰ ਚੰਦਰੀਏ ਲੈ ਬਾਬੇ ਜੈਲੋ ਹਰਬ ਕਰ ਚੱਲਾ ਸੀ ਨਾ ਮੈਂ ਮੈਸੇ ਵੀ ਕਰ ਚੱਲਾ ਸੀ ਮੈਂ ਮੈਸ। ਜੈਲੋ ਹਰਬ ਨਾਲ ਬਣਾਈਏ ਜੇ ਕੁਝ ਬਣਦਾ। ਕ્રાਫਟ ਦੇਖ ਤਾਂ ਜੇ ਇਹਨਾਂ ਨਾਲ ਹੁਣ ਕraft ਹੁੰਦਾ ਸ਼ੀਸ਼ੀਆਂ ਦੇ ਸ਼ੀਸ਼ੀਆਂ ਕਿਤੇ ਮਿਲ ਜਾਣ। ਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਮੈਲਡੀਆਂ ਸ਼ੀਸ਼ੀਆਂ ਭਾਈ ਜੀ ਮਿਲ ਲਗੀਆਂ ਸ਼ੀਸ਼ੀਆਂ। ਕਿਉਂ ਨਹੀਂ ਮਿਲ ਲਗੀਆਂ? ਨਹੀਂ ਆਪਰਾਪ ਦਿਮਾਗ ਭਰਿਆ। ਕਿਉਂ ਨਹੀਂ ਮਿਲ ਲਗੀਆਂ? ਮਿਲ ਲਗੀਆਂ ਸਰ ਕੁਛ ਮਿਲੂਗਾ। ਸਾਲੇ ਖੁੱਲ ਜਾਓ। ਕੁਛ ਨਾ ਕੁਛ ਖੁੱਲ ਜਾਓ। ਸੋ ਮਿੱਤਰੋ ਗੇਂ ਦੇ ਵਿੱਚ ਤਰਨੂੰ ਚਾਵੜੂ ਚਾਵੜੂ ਖੜਕੜੁਸ ਚਾ ਭੜ ਭੜ ਬੱচ্চਾ ਪੈਣ ਵਾਲਾ ਬਸ ਜਾਓ ਨਾ ਮੇਰੇ ਬਰੋ। ਤੂੰ ਪਿਛੇ ਰਹਿ ਗੇ ਬੀਮੀਸ ਹਮਸ ਹਮੇ ਸਾੜੀਆ ਟੜੂਕਾ ਮਾਰਾ ਤੇ ਮੂੰਹ ਤੇ ਵਜਣਾ ਫੇਰ ਕਹੂੰਗੀ ਹਾਏ ਹਾਏ ਬੋਠ ਹਾਲਤੀ ਯਾਰ ਮੈਂ ਕਿਹਨਾ ਇਧਰੋਂ ਤਾਂ ਮੈਂ ਆਇਆ ਹੀ ਸੀਗਾ ਹਾਏ ਵੇ ਪੀਪੇ ਪੇ ਮੈਨੂੰ ਪੀਪੇ ਤਾਂ ਭੰਨ ਲੈਣ ਹੋਰ ਮਿੱਤਰੋ ਸੁਣਾਓ ਪੂਲਾ ਮੱਲਾ ਕਿੱਦਾਂ ਰਿਹਾ ਸਾਰਿਆਂ ਦਾ ਵਧਾਈਆਂ ਬਹੁਤ ਬਹੁਤ ਜੀ ਸਭ ਨੂੰ ਹਾਂਜੀ ਬਾਬੇ ਐਨੀ ਨਾ ਪਾਰ ਆ ਜਾ ਮਿਊਜ਼ਿਕ ਕਾਤੇ ਕਰਤਾ ਹਜੇ ਤਾਂ ਸਾਲਿਓ ਮੈਂ ਉੱਤਰਿਆ ਵੀ ਨਹੀਂ ਕੋਟਯਾਰਡ ਚ 1 2 ਤੇ ਆਹ ਗਨ ਤਿਆਰ ਆ 3 ਤੇ ਆਹ ਤਿਆਰ ਆ 4 ਤੇ ਆਹ ਤਿਆਰ ਆ ਇਹਦੀਆਂ ਤਾਂ ਆਪਣੇ ਕੋਲ ਬੋਲਟਾਂ ਹੀ ਨਹੀਂ ਗਿਆ ਉਹ ਹੈਗੀਆਂ ਤਾਂ ਹੈ ਕਾਲੂ ਬਾਬੇ ਬੋਲਟਾ ਹੈਗੀਆਂ ਤਾਂ ਹੈ ਨੋ ਬੋਲਟਾਂ ਬਾਬਾ ਜੀ ਨੋ ਬੁਲੇਟਸ ਐਨੀਆਂ ਲੈ ਕੇ ਕਿੱਥੇ ਨੂੰ ਜਾਣਾ बाबे कौआ अरे बाप रे बाप ये कौआ किधर से आया चलो जी अरे बाप रे बाप मैंने दो कऊे को मार दिया बाबे ओ भी मार दमा पता गोली अरे बाप रे बाप मैंने इतने कहुओ को मार डाला तेरी भेन तेरी बाबा जी ये आप क्यों ऐसे क्यों कर रहे हो मेरे साथ नहीं बताओ चक ਮੈਨੂੰ ਰੀਲੋਡ ਕਰ ਲੈਣ ਦੋ ਮੇਰੇ ਨਾਲ ਕਿਸੇ ਨੇ ਮਜ਼ਾਕ ਨਹੀਂ ਕਰਨਾ ਬੰਦਾ ਭਾਈ ਮੈਂ ਬਹੁਤ ਸੀਰੀਅਸ ਆ ਪਹਿਲਾ ਖੜ ਤੂੰ ਰਿਸੋਰਸ ਚੱਕ ਬਾਬੇ ਪਿਸਤੌਲਾਂ ਦੇ ਪਿਸਤੌਲਾ ਮਿਲ ਜਾਂਦੀਆਂ ਹਾ 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 ਭਾਈ ਤੁਸੀਂ ਡਰਾਈ ਦਿੱਤਾ ਉਹ ਬਾਬੇ ਇਹ ਸੱਪ ਸੁੰਡੀਆਂ ਕਿ ਆ ਕਿੱਥੋਂ ਆਈਆਂ ਆ ਤੱਕ ਉਹ ਦੇਗਾ ਤੇ ਪਾ ਓਏ 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 ਉਹ ਤੇਰੀ ਭੈਣ ਨੂੰ ਤਾਂ ਸੱਪ ਸੁੰਡਾ ਜਿਹਾ ਹੀ ਬਣ ਗਿਆ ਕੱਢ ਗਨ ਸਾਲਿਆ ਪੂਰਾ ਬਾਹਰ ਰੱਬ ਰੱਬ ਕਰੋ ਉਹ ਮੈਂ ਤਾਂ ਠੀਕ ਐ ਚੰਦਰ ਜੇ ਮੈਨੂੰ ਕੀ ਹੋਣਾ ਉਹ ਬਾਬੇ ਕੁੱਤੇ ਨਹੀਂ ਕਿਨੀ ਖੁੱਲੇ ਛੱਡੇ ਹੋ ਯਾਰ ਬਾਬੇ ਐਡੀ ਇੱਕ ਦਮੇ ਚੜ ਜਾਂਦੇ ਐਮ ਜਿਹਾ ਨਹੀਂ ਹੁੰਦਾ ਫਿਰ ਮੇਲਾ ਦਾ ਮੇਰੀ ਅੱਗੇ ਸਾਲੀ ਸੈਂਸਿਟੀਵਿਟੀ ਖਰਾਬ ਜੀ ਹੋਈ ਹੋਆ ਉਹ ਤੇਰੀ ਭੈਣ ਨੂੰ ਤੇਰੀ ਭੈਣ ਨੂੰ ਓਏ ਉਹ ਗੁਰੂਆ ਧਰਮ ਨਾਲ ਤਰਾਹੀ ਗੱਡਤਾ ਉਹ ਛਾਲਿਆ ਖੜ ਤੇਰਾ ਇੱਥੋਂ ਪੋੜਪੜਾ ਪਾਣਾ ਨੇ ਤੇਰਾ ਨਾ ਆਦਾ ਬੁਲਟਾ ਹੀ ਬੇਸਟ ਹੈ ਕੋਈ ਨਹੀਂ ਯਾਰ ਇੱਧਰ ਆ ਗਿਆ ਉਦੋਂ ਦੱਸ ਨਹੀਂ ਔਖਾ ਕਾਨੂੰ ਹੁੰਨਾ टूटा मार बाबे ये आजा इसलिए इधर तो चढ़ा मेरे मगर मगर बाबे बचाता है ऊपर ओ यार क्या आया बाबे चंडा डी गया चंडा डी गया अब होगा हमला आ जाओ आ जाओ मेरी सेना फ्लैग में लोड है ਬਬੇ ਆ ਤਾਂ ਇੱਕ ਗੋਲੀ ਨੇ ਮਰ ਗਿਆ ਐਦਾ ਹੋ ਨਾ ਦੂਰੋਂ ਦੱਸ ਕੇ ਆਓ ਮੜ ਜਾ ਖੋਲ ਵੀ ਜਾ ਕੋਸ਼ ਅਗਲੇ ਪੜਾਪੜੂ ਤੇ ਆਇਆ ਓਏ ਓਏ ਤੇ ਕੁੱਤੀ ਕੇ ਬੱਚੇ ਬਬੇ ਇੱਕ ਨਹੀਂ ਮਾਰਦਾ ਥੋੜੀ ਭੈਣ ਨੂੰ ਮਾਰ ਤਰ ਜਾਣ ਪਿੱਛੇ ਛੱਡ ਦੂੰ ਬਬੇ ਵਾ ਚੁੱਪ 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 ਫੜਕਾ ਨਹੀਂ ਕਰਨਾ 1 ਮਿੰਟ ਹੁਣ ਉਹ ਕਲਿਆਰੇ ਜੇ ਨਹੀਂ ਇਹਦੇ ਤੇ ਜਾਣਾ ਠੀਕ ਹੈ ਚਲ ਉਹਦੇ ਤੇ ਚਲੀਏ ਕਿੱਥੇ ਆ ਉਹ ਕਲਿਆਰਾ ਜਿਹਾ ਇਧਰ ਉੱਤੇ ਜਾਣਾ ਆਦੀ ਹੁਣ ਇਹ ਨਾ ਹੋਵੇ ਕਿ ਮੈਂ ਇਹਦੇ ਤੇ ਪਹਿਲਾਂ ਗਿਆ ਹੋਵਾਂ ਹੋਪ ਪਲੀਜ਼ ਬਾਬਾ ਜੀ ਨੋ ਆ ਜਾਓ ਮੇਰੀ ਸੈਨਾ ਦੂਸਰਾ ਫਲੈਗ ਵੀ ਗਰਾ ਦਿੱਆ ਹਮਨੇ ਇਹ ਦੀ ਭੈਣ ਨੂੰ ਆਈ ਮੇ ਬੈਰੀ ਸਮਾਰਟ ਯਾਰ ਬੈਰੀ ਸਮਾਰਟ ਮੈਂ ਕਿੱਧਰ ਜਾਣਾ ਹੁਣ ਜਾਣਾ ਉਹਦੇ ਤੇ ਪਰ ਜਾਣਾ ਕਿੱਧਰ ਨੂੰ ਆ ਬਾਬੇ ਤਾਂ ਨਹੀਂ ਭੂਲ ਪਲੇ ਯਾਜਾ ਕੀਤਾ ਪਿਆ ਓਥੋਂ ਦਾ ਉੱਤਰੇ ਸੀਗੇ ਓਥੇ ਜਾਣਾ ਮੈਂ ਐਨੂੰ ਜਾਮਾ ਮੈਂ ਆਨੂੰ ਜਾਮਾ ਮੈਂ ਕਿਤੇ ਕਮਲਾ ਹੀ ਨਾ ਹੋ ਜਾਮਾ ਰੀ ਲੋਡ ਪੋਨਾ ਓਏ ਓ ਤੇਰੀ ਭੈਣ ਨੂੰ ਤੇਰੀ ਭੈਣ ਨੂੰ ਡਰਾਤਾ ਈ ਓਏ ਕੁੱਤੇ ਆ ਸਾਲਿਆ ਕਿੱਥੇ ਗਿਆ ਤੇਦੀ ਮਾਨਵੇਂ ਦੇ ਨੂੰ ਤਰਾਹੀ ਕੜਤਾ ਸਾਲੇ ਨੇ ਬਈ ਮੈਂ ਖਸ ਲੱਡਾ ਸਲੂਡਾ ਆ ਕੇ ਪੈ ਗਿਆ ਕੋਈ ਸਾਲੇ ਨੱਕ ਵੀ ਨਹੀਂ ਪੁੰਜਣ ਦਿੰਦੇ ਚੰਗੀ ਤਰ੍ਹਾਂ ਬਤਮੀਜ਼ ਲੋਕ ਓਏ ਪਾ ਉਪਰਾ ਆਏ ਨੇ ਓਏ ਉਹਦਾ ਤਾਂ ਆਂਡਾ ਪੋਟਾ ਜਾਂ ਵੀ ਨਿੱਕਲ ਗਿਆ ਓਏ ਓਏ ਖੜਜਾ ਇੱਧਰ ਦੇਖੀ ਵੇ ਖੜਜਾ ਤੇਰੇ ਮਾਰਾਂ ਤੇਰੇ ਜੇਰ ਪੈ ਗਈ ਨਾ ਤੇਰੇ ਓਏ 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 ਇੱਕ ਮਿੰਟ ਰੁਕੀ ਇੱਕ ਮਿੰਟ ਰੁਕੀ ਭਰਾਵਾ ਤੇਰੀ ਭੈਣ ਨੂੰ ਸਪਰੇ ਨੂੰ ਵੀ ਨਹੀਂ ਹੱਥ ਪੈਂਦਾ ਤੂੰ ਸਾਲਿਆ ਕਿੱਥੋਂ ਆਇਆ ਰਾਖਸ਼ਾ ਰਾਖਸ਼ਾ ਕਿੱਟ ਗਿਆ ਥਾਲਾ ਮਰ ਗਿਆ ਬਾਬੇ ਇੰਨਾ ਦਿਮਾਗ ਖਰਾਬ ਹੋਇਆ ਨਾ ਇੰਨਾ ਦਿਮਾਗ ਖਰਾਬ ਹੋਇਆ ਯਾਰ ਮੇਰੇ ਵੀ ਬੱਸ ਹੈ ਯਾਰ ਬਾਬੇ ਆ ਲਿਵਰ ਸਿਕਾ ਮੈਂ ਸਾਲਾ ਕੁੱਤੇ ਵਾਂਗੂ ਸਾਰਾ ਹੀ ਘੁੰਮੀ ਜਾਵਾ ਸਾਰੇ ਹੀ ਘੁੰਮੀ ਜਾਵਾ ਦਿਖਾਵਾਂ ਤੁਹਾਨੂੰ ਕਿੱਥੇ ਆ ਲਿਵਰ ਇਹ ਸਾਲਿਆ ਮਰ ਜਾ ਬਹੁਤ ੱੱਕਿਆ ਫਿਰਦਾ ਮੈਂ ਮੈਨੂੰ ਕਚੀਚੀਆਂ ਹੋਣ ਡੀਆਂ ਪੌਣੇ ਘੰਟੇ ਦਾ ਮੈਂ ਕੋਂਚਲੀ ਜਾਂਣ ਡਿਆ ਦੇਖ ਇੱਥੇ ਇਹਨਾਂ ਨੂੰ ਮਾਰ ਕੇ ਪਿੱਛੇ ਨੂੰ ਮੁੜੀ ਜਾਂਨਾ ਆ ਇੱਥੇ ਗਾਂਹ ਦੇਖੜੇ ਨਹੀਂ ਗਿਆ ਕਿ ਆ ਵੀ ਗਲੀ ਹੈਗੀ ਆ ਬਾਬੇ ਕਚੀਚੜਾ ਚੜ ਗਿਆ ਮੈਨੂੰ ਕਚੀਚੜਾ ਲੈ ਸਾਲਾ ਆ ਲਿਵਰ ਆ ਆਰਡਰ ਦੇਣਾ ਕਹਿੰਦਾ ਇਹਨੂੰ ਇਹਨੂੰ ਫੜ ਕੇ ਰੱਖ ਔਖ ਹੋ ਗਿਆ ਇਹਦੀ ਪੈਨ ਨੂੰ ਇਹਦੀ ਨੂੰ ਬੱਬੇ ਐਡਾ ਦਿਮਾਗ ਖਰਾਬ ਹੋਇਆ ਐਡਾ ਦਿਮਾਗ ਖਰਾਬ ਹੋਇਆ ਨਾ ਕਾ ਬੀਰ ਕੇਅਰਫੁੱਲ ਲਈਂ ਆ ਤੂੰ ਟੈਨਸ਼ਨ ਨਾ ਲੈ ਤੇਰੀ ਭੈਣ ਨੂੰ ਇੱਥੇ ਕੀ ਕਰਨਾ ਹੁਣ ਬੱਬੇ 15 ਮਿੰਟ ਖਰਾਬ ਕਰਾ ਤੀ ਤੀਸਰਾ ਫਲੈਗ ਆ ਜਾਓ ਮੇਰੀ ਰਾਜਪੂਤੋ ਕੀ ਸੈਨਾ ਚਲੋ ਤੋ 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 ਸਾਲਾ ਮੂੜ ਹੀ ਉੱਡ ਜਾਂਦਾ ਯਾਰ ਜਦੋਂ ਕਹਿੰਦਾ ਫਾਈਨਲੀ ਆਪਾਂ ਗੈਟ ਆਊਟ ਦਿਸ ਅਮੇਜ ਹੁੰਨੇ ਆ ਇੱਥੇ ਸਾਲਾ ਕੁਝ ਮਾਲ-ਮੂਲ ਤਾਂ ਨਹੀਂ ਪਿਆ ਬਾਬੇ ਆ ਵੀ ਆ ਗਿਆ ਬਾਰ-ਬਾਰ ਦੇਖਾ ਹੈ ਹੂੰ ਇਹ ਭੱਜ ਸਾਲੀਏ ਭੱਜ ਬਾਬੇ ਓ ਭੱਜੀ ਓ ਭੱਜੀ ਓ ਭੱਜੀ ਇਹ ਚੰਦਰ ਗਿਆ ਢ ਘਾਬਰ ਨਾ ਤੇਰੀ ਭੈਣ ਨੂੰ ਕੁੜੀ ਪਿੱਛੇ ਪੈੰਨੇ ਸਾਲਿਓ ਏ ਚੰਦਰ ਗਿਆ ਆ ਗਿਆ ਮੈਂ ਇਧਰ ਆ ਮੇਰੇ ਪਿੱਛੇ ਆ ਉਹ ਬਾਬੇ ਚੱਕ ਲਈ ਸਾਲਿਆ ਨੇ ਓਏ ਉਹ ਕੁੜੀ ਚੱਕ ਲਈ ਓਏ ਤੇਰੀ ਭੈਣ ਉਹ ਤੇਰੀ ਮਾਂ ਨੂੰ ਮੇਰੀਆਂ ਦੋ ਗੋਲੀਆਂ ਖਰਾਬ ਕਰਤੀ ਛੱਡ ਸਾਲਿਆ ਕੁੜੀ ਸਾਡੀ ਛੱਡ ਤੇਰੀ ਮਾਂ ਨੂੰ ਤੇਰੀ ਨੂੰ ਬਾਬੇ ਕੁੜੀ ਚੱਕ ਲੈ ਗਿਆ ਓਏ ਓਏ ਰੁਕ ਜਾ ਉਹ ਕੁੜੀ ਚੱਕ ਲੈ ਗਿਆ ਤੇਰੀ ਮਾਂ ਨੂੰ ਤੇਰੀ ਨੂੰ ਉਹਨੇ ਮਿਸ਼ਨ ਖਰਾਬ ਕਰਾ ਦੇਣਾ ਮੇਰਾ ਏ ਚਿੱਕਾ ਮਾਰੀ ਚੱਲ ਚਿੱਕਾ ਮਾਰ ਜੇ ਮੈਨੂੰ ਪਤਾ ਲੱਗਦਾ ਰਾਇ ਤੂੰ ਕਿੱਥੇ ਆ ਉਹ ਤੇਰੀ ਭੈਣ ਨੂੰ ਤੇਰੀ ਨੂੰ ਤੇਰੀ ਮਾਂ ਢੱਡ ਕੁੜੀ ਨੂੰ ਢੱਡ ਕੁੜੀ ਨੂੰ ਉਹ ਤੇਰੀ ਮਾਂ ਨੂੰ ਘਸੌਣ ਮਾਰਦਾ ਮੇਰੇ ਸਾਲਿਆ ਬਾਬੇ ਮੇਰਾ ਬੋਡੀ ਆਰਮਰ ਗਿਆ ਓਏ ਜਾਹਾ ਭਰਾਵਾ ਤੈਂ ਅੱਡ ਲਹੂ ਪੀਤਾ ਆ ਉਹ ਬਾਬੇ ਫੇਰ ਮਰ ਗਿਆ ਯੋਹ ਫੇਰ ਡਿੰਗਣ ਬਹਿ ਗਈ ਸਾਲਿਆ ਕੁੜੀ ਛੱਡ ਸਾਡੀ ਮੈਨੂੰ ਸਾਲਿਓ ਮਜਬੂਰ ਨਾ ਕਰੋ ਮਜਬੂਰ ਨਾ ਕਰੋ ਸੰਨੀ ਦੋਲ ਵਾਲੇ ਪੇਛੇ ਤੇ ਆਉਣ ਨੂੰ ਇਹ ਔਠ ਔਠ ਚੰਦਰੀਏ ਤੈ ਹੂੰ ਤੂੰ ਐਵੇਂ ਲੰਮੀ ਪੈ ਗਈਆਂ ਉਹ ਤੇਰਾ ਪਾ ਗਿਆ ਆ ਗਿਆ ਉਧਰੋਂ ਓਏ ਓਏ ਬਾਬੇ ਐਸ਼ਲੀ ਨੇ ਟੂਆ ਪੜਾ ਦੇਣਾ ਸਾਡਾ ਭਰਾਵਲੇ ਉਵੇਂ ਗੱਲ ਪਈਆਂ ਦਾ ਸਾਰੇ ਜੀ ਜਾਰੀ ਲੋਡ ਕਰਨ ਵਾਲੀਆਂ ਹੋਈਆਂ ਪਈਆਂ ਇਹ ਤੂੰ ਉੱਠ ਜਾ ਤੂੰ ਕੁਛ ਆਪ ਵੀ ਕਰ ਲਿਆ ਕਰ ਸਾਰਾ ਹੀ ਮੇਰੇ ਸਾਰੇ ਮੂੰਹ ਅੱਡ ਕੇ ਪਈ ਰਹਿਨੀ ਆ ਉਹਦੇ ਲੱਗਦੀ ਵੀ ਹੈ ਸਾਲੇ ਬੈੜਿਆਂ ਦੇ ਦੇ ਮਰਿਆ ਮਰਿਆ ਮਰ ਜਾ ਭਰਾਵਾ ਕਿਉਂ ਗੋਲੀਆਂ ਦਾ ਬੈਰੀ ਬਣਿਆ ਪਿਆ ਹਾਲਾ ਕੁੱਤੇ ਦਾ ਬੱਚਾ ਬਾਬੇ ਕੰਮੇ ਹੀ ਖਰਾਬ ਕਰਾਤਾ ਅਸਲੀ ਜਹੀ ਨੇ ਉਹ ਤੇਰੀ ਭੈਣ ਨੂੰ ਉਧਰ ਨੀਲਾ ਤੋਥਾ ਉਹ ਮੈਂ ਕਹਿੰਨਾ ਬੈਕਪ ਨੇ ਮੈਨੂੰ ਸਮਾਨ ਚੱਕ ਲੈਣ ਦੋ ਸਾਰਾ ਹੀ ਹੁਣ ਬਾਬੇ ਉੱਧਰ ਪਿਸਤੌਲ ਪਈ ਆ ਠੀਕ ਆ ਜਾਨਾ ਜਾਨਾ ਛੱਡਣਾ ਮੈਂ ਕੁਛ ਨਹੀਂਗਾ ਪਹਿਲਾਂ ਰੀਲੋਡ ਪਾਵਾਂ ਸਾਰਿਆਂ ਨੂੰ ਬਾਬੇ ਉਪਰੋਂ ਮੇਰੇ ਅੱਗੇ ਦਿਮਾਗ ਖਰਾ ਹੋਇਆ ਸਾਲਾ ਮੇਜ ਦੇ ਵਿੱਚ ਫਿਰ ਫਿਰ ਕੇ ਉਹਦੀ ਭੈਣ ਨੂੰ ਇੱਕ ਛੋਟੀ ਜੀ ਗਲਤੀ ਕਰਕੇ ਮੈਂ ਬਾਤਰਾ ਨੂੰ ਫਰੀ ਗਿਆ ਅਸੀਂ ਜਿੱਤ ਜਾਮਾ ਗਏ ਗੱਡੀ ਮੋੜਾਂਗੇ ਤੇ ਸਾਰੇ ਤੇ ਸਾਰੇ ਸਿਗਨਲ ਛੋੜਾਂਗੇ ਬਾਜੀਬਾ ਬਾਜੀਬਾ ਕੁੜੀ ਮੁੰਡੇ ਨਾਲ ਸੋਹਣੀ ਮੁੰਡੇ ਦਾ ਤਵੇੜਾ ਬੈਠਾ ਪਿਆ ਚਿੱਟਾ ਚੌੜ ਜਿਨ੍ਹਾਂ ਨੇ ਪੁਨ ਕੀਤਰ ਰੱਬ ਨੇ ਬਣਾਈਆਂ ਜੋੜੀਆਂ

ਮੜ ਜਾ ਪੱਛੇ ਹੋ ਜਾ ਪੱਛੇ ਓ ਮੈਨੂੰ ਜਾਲਣ ਦੇ ਮੜ ਜਾ ਇਹਦੇ ਕੋਲ ਆ ਕੀ ਆਈ ਰੀਸੈਂਟਲੀ ਪ੍ਰੋਕਿਊਡ ਸਮ ਹਾਈ ਕੁਆਲਿਟੀ ਟੂਲ ਨਾਓ ਆਈ ਕੈਨ ਡੂ ਈਵਨ ਮੋਰ ਮੈਂ ਖਾਜੀ ਠੀਕ ਆ ਕਰੋ ਜੀ ਕਰੋ ਅਪਗ੍ਰੇਡਾ ਕਰੋ ਆ ਕੀ ਆ ਸਪੀਨਲ ਗ੍ਰੈਂਡ ਹਾਲ ਮੈਂ ਖਾਜੀ ਚੱਕ ਦੇਾਂਗੇ ਫਟੇ ਚੱਕਦੇ ਤੁਸੀਂ ਘਬਰਾਓ ਨਾ ਆ ਕੀ ਪਿਆ ਤੇਰੀ ਭੈਣ ਨੂੰ ਬਾਬੇ ਮੋਗੇ ਜਿਹਦੀ ਚਾਬੀ ਓਏ ਕੀ ਸ਼ੂਟਿੰਗ ਪ੍ਰੈਕਟਿਸ ਆ ਓਹ ਅੱਛਾ ਤਾਂ ਸ਼ੂਟਿੰਗ ਪ੍ਰੈਕਟਿਸ ਚ ਆ ਬੜਿਆ ਮੈਂ ਸਾਲਾ ਮਿਲੂਗਾ ਵੀ ਸਹੀ ਕੁਛ ਬਾਨੇ 2 1 ਸੋਮਨ ਦਿਖਾ ਬਬੇ ਉਹ ਸਾਲਾ ਆਏ ਤਾਂ ਨਿਸ਼ਾਨਾ ਜੜਦਾ ਬਹੁਤ ਪੱਕਾ ਤੂੰ ਕਿੱਥੇ ਭੁੱਲਿਆ ਫਿਰਦਾ ਰੀਲੋਡ ਮੈਂ ਤਾਂ ਜੀ ਰੀਲੋਡ ਉਹ ੱਚਾ ਬੋਲਟਾਂ ਦਿੱਤੀਆਂ ਆਇਆ ਸਾਲੇ ਨੇ ਵੂਹ! ਯਾ ਮਜ਼ਾ ਆ ਰਹਾ ਹੈ ਬਿੱਲਾ ਆ ਜਾਓ ਆ ਜਾਓ ਸਾਲਿਓ ਥੋਡੀ ਪਾਇਨ ਨੂੰ ਥੋਡੀ ਨੂੰ ਤੁਹਾਡਾ ਖੜਕਾ ਧੜਕਾ ਕਰਾ ਦੂੰਗਾ ਮੈਂ ਬਾਬੇ ਦੇਖ ਤਾਂ ਉਹ ਥੇੜੀ ਭੈਣ ਨੂੰ ਉਹ ਰੀਲੋਡ ਕਰਨੀ ਚ ਸੀ ਰੀਲੋਡ ਹੋਣੀ ਰਹਿ ਗਈ ਸੋਲਜਰਾ ਸੀ ਆ ਦੇ ਆ ਦੇ ਦੇ ਆ ਆ ਤਾਂ ਰਹਿ ਗਿਆ ਸੀ ਨਾ ਕੋਣ ਜਮਾ ਫਰ ਕੋਣ ਜਮਾਰ ਮੈਨੂੰ ਦੱਸੋ ਆ ਵੀ ਆ ਵੀ ਰਹਿ ਗਿਆ ਸਗਾ ਮੁੰਡਿਓ ਇਦਾਂ ਨਾ ਕਰੋ ਇਦਾਂ ਨਾ ਕਰੋ ਹੁਣ ਹਾਂ ਦਰਵਾਜ਼ੇ ਤੇ ਦਰਵਾਜ਼ੇ ਤੇ ਦਰਵਾਜ਼ਾ ਚੜੀ ਆਉਂਦਾ ਦਰਵਾਜ਼ੇ ਤੇ ਦਰਵਾਜ਼ਾ ਚੜੀ ਆਉਂਦਾ ਬਾਬੇ ਇੱਥੇ ਗਾ ਇੱਕ ਮਿੰਟ ਆਪਾਂ ਜਾਣਾ ਕਿੱਧਰ ਚੱਲ ਇੱਧਰ ਆ ਗਏ ਹੁਣ ਦੇਖ ਲੈਨੇ ਕੀ ਆ ਇੱਧਰ ਉਹ ਬਾਬੇ ਇੱਥੇ ਤਾਂ ਬੰਦੇ ਤੇ ਬੰਤਾ ਚੜਿਆ ਪਿਆ ਉਹ ਤੇਰੀ ਭੈਣ ਨੂੰ ਕੋ ਉਹ ਬਾਬੇ ਲਾਲ ਬੁੱਧ ਬਦਈਆ ਅੜ ਤੇਰੀ ਮਾਂ ਨੂੰ ਤੇਰੀ ਨੂੰ ਤੇਰਾ ਤਾਂ ਤ ਅੜ ਜਾ ਓਏ ਆ ਜਾ ਤੁਹਾਡੀ ਭੈਣ ਨੂੰ ਤੁਹਾਡਾ ਸ਼ਕਲਿਲਾ ਫਿਕਲਿਲਾ ਕਰਦਾ ਓ ਇੱਕ ਮਿੰਟ ਉਹ ਮੇਰੇ ਕੋ ਬੰਬ ਸਕੇ ਬੰਬਸਾਲਿਓ ਮੈਂ ਲਾਇ ਹੀ ਨਹੀਂ ਗੇ ਬੰਬਸ਼ੀ ਨੰਬਰ ਤੇ ਲਾਉਣਾ ਉਹ ਤੇਰੀ ਭੈਣ ਨੂੰ ਤੇਰੀ ਨੂੰ ਕੁੱਤਿਆ ਟੱਲ ਵਜਾਈ ਜੰਨਾ ਸਾਲਿਆ ਉਹ ਕੁੜੀ ਛੱਡਾ ਸਾਡੀ ਖੜ ਜਾ ਬਾਬੇ ਉਹ ਤੇ ਗ੍ਰੇਡ ਮਾਰਦਾ ਉਹਦੀ ਭੈਣ ਨੂੰ ਉਹ ਭੱਜ ਗਿਆ ਸਾਲਾ ਕੁੱਤਾ ਮੈਨੂੰ ਪਤਾ ਬਾਲਕਨੀ ਦੇ ਵਿੱਚ ਉਹਦੇ ਖੜਾ ਉਹਦੇ ਖੜਾ ਉਹਦੇ ਖੜਾ ਸਾਲਾ ਇਹ ਕੁੱਤਾ ਉਹ ਮਰ ਗਿਆ ਤੂੰ ਪਰੇ ਹੋਏ ਤੁਹਾਡਾ ਚਾਚਾ ਹੀ ਉਹ ਤੇਰੀ ਮਾਂ ਨੂੰ ਤੇਰੀ ਨੂੰ ਕਰਾਤਾ ਹੀ ਕੰਮ ਕਰਾ ਆਈਦਾ ਬਾਈ ਦਾ ਬਾਈ ਦਾ ਬਾਈ ਦਾ ਆਈਦਾ ਬਾਈ ਦਾ ਬਾਈ ਦਾ ਬਾਈ ਦਾ ਪਰ ਬਾਈ ਦਾ ਖਰਜਾ ਹੋਣਾ ਜਾ ਸਾਲਿਆ ਤੇਰੀ ਮਾਂ ਨੂੰ ਤੇਰੀ ਨੂੰ ਸਾਡੇ ਕੋਲ ਕਿਤੇ ਹੈ ਨਹੀਂ ਮਾਲ ਹੈ ਨਹੀਂ ਸਾਡੇ ਕੋਲ ਆ ਜਾ ਐਸ਼ਲੀਏ ਤੂੰ ਟੈਨਸ਼ਨ ਨਾ ਲੈ ਉਹ ਤੇਰੀ ਭੈਣ ਨੂੰ ਉਹ ਭਰਾਵਾ ਐਸ਼ਲੀ ਨੂੰ ਚੱਕ ਲੈ ਗਿਆ ਐਸ਼ਲੀ ਮੈਂ ਆ ਰਿਹਾ ਪੱਤਾ ਤੂੰ ਟੈਨਸ਼ਨ ਨਾ ਲੈ ਬੇੜਾ ਆਪਣਾ ਸਾ ਤੇਰੀ ਭੈਣ ਨੂੰ ਚੱਕ ਲੈਗਾ ਸਾਲੇ ਐ ਚਲੀ ਨੂੰ ਲੀਓ ਨੇ ਲੀਓ ਨੇ ਲੀਓ ਨੇ ਸਾਲੀ ਲੀਓ ਨੇ ਦੀ ਹੋਰ ਦੁਬਾਰਾ ਰੀਲੋਡ ਕਰ ਮਰਿਆ ਨਹੀਂ ਮੈਂ ਮੁੜੇ ਉਹਨੂੰ ਚੱਕ ਕੇ ਲੈ ਗਿਆ ਹੁਣ ਮੈਂ ਕੀ ਕਰਾਂ ਯਾਰ ਉਹ ਬੁੱਧ ਬਦਈਆ ਸਾਲਾ ਫੇਰ ਮਾਰਨਾ ਪੈਣਾ ਗੈਲਰੀ ਇੱਧਰ ਆ ਗ੍ਰੈਂਡ ਹਾਲ ਉੱਧਰ ਆ ਜਾਣਾ ਆਪਾਂ ਕਿੱਧਰ ਆ ਰਾਬੀ ਜਾਣ ਦਾ ਕਿੱਧਰ ਜਾਣਾ ਆ ਜਾ ਪਹਿਲਾਂ ਤਾਂ ਇੱਧਰ ਨੂੰ ਚੱਲਦੇ ਆ ਮੜਿਓ ਐਨ ਪੂਰਾ ਬਚ ਕੇ ਰਹਿਣਾ ਠੀਕ ਐ ਕੰਮ ਟੈਟ ਰੱਖਣਾ ਮੈਂ ਕਿਹਾ ਤੁਸੀਂ ਘਾਬਰਿਓ ਨਾ ਬਾਬੇ ਮੈਂ ਲਾਲਵਾ ਜਿਹੜੀ ਆਪਾਂ ਪਹਿਲਾ ਗਲਤੀ ਦੁਹਾਈ ਨਾ ਉਹ ਦਹਰਉਣੀ ਨਹੀਂ ਆਪਾਂ ਦੇਖੀ ਚਾਲੇ ਦੀ ਭੈਣ ਨੂੰ ਇਹਦੀ ਨੂੰ ਇਹਦਾ ਸਾਲੇ ਦੇ ਬੰਬ ਮਾਰਨਾ ਆਜਾ 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 ਮੇਰਾ ਪੁੱਤ ਆਜਾ ਲਾਲਬੁੱਤ ਬਦਈਏ ਤੂੰ ਵੀ ਆਜਾ ਤੂੰ ਵੀ ਆਜਾ ਦੇਖੀ ਚਾਲ ਮਿੱਤਰਾ ਉਹ ਦੇ ਉੱਪਰ ਮਾਰਨਾ ਹੈਗਾ ਚੱਕ ਬਾਬੇ ਲਾਲ ਬੁੱਦ ਬੁੱਦਬਦੀਏ ਦਾ ਕੰਮ ਹੀ ਕਰਦਾ ਮੈਂ ਕਹਿੰਨਾ ਮੈਂ ਉਹ ਤੂੰ ਹੁਣੇ ਹੀ ਚੱਕ ਲਿਆ ਉਹ ਕੁੜੀ ਨੂੰ ਹੈ ਚੱਲ ਤੇਰੀ ਭੈਣ ਤੇਰੀ ਇਧਰ ਆਉਣੇ ਹੀ ਨਹੀਂ ਦੇਣੇ ਬਾਬੇ ਆ ਜਾਓ ਸਾਲਿਓ ਹਟ ਜਾ ਉਹ ਤੇਰੀ ਮਾਂ ਨੂੰ ਡਿੱਗ ਪਿਆ ਉਹ ਬਾਬੇ ਬਹੁਤ ਆ ਗਰਨੇਡ ਤਾਂ ਇਧਰ ਸੱਟਣ ਆਲਾ ਸੀਗਾ ਖੜ ਜਾਓ ਮੇਰੇ ਕੋ ਤਾਂ ਵੱਡੀ ਗਨ ਵੀ ਆ ਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਥਾਲੀ ਰੁਕਿਓ 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 ਮੇਰੇ ਕੋ ਤਾਂ ਵੱਡੀ ਗਨ ਵੀ ਆ ਰਜਿਸਟਰਡ ਤੂੰ ਸ਼ਾਰਟਕਟ 90 ਨੰਬਰ ਤੇ ਲੱਗੀਓ 8 ਤੇ ਓ ਰੁਕ ਜਾ ਰੁਕ ਜਾ ਰੁਕ ਜਾ ਆ ਜਾਓ ਐਸ਼ਲੀ ਕਿੱਥੇ ਆ ਤੂੰ ਓ ਆ ਜਾ ਕਾਬਰ ਦਾ ਕਾਨੂੰ ਆ ਲਵ ਜੂ ਲਵ ਜੂ 3 ਤੋਂ ਦੀ ਭੈਣ ਨੂੰ ਸਾਲੇ ਮੈਨੂੰ ਤਾਂ ਮਜ਼ਾਕ ਹੀ ਸਮਝਦੇ ਆ ਮੈਨੂੰ ਤਾਂ ਸਮਝਦੇ ਆ ਕਿ ਇਹ ਸ਼ੁਗਲ ਮੇਲੇ ਲਾਉਣ ਵਾਲਾ ਬੰਦਾ ਸਾਲੇ ਪੜਪੜੇ ਤੇ ਗੋਲੀ ਮਾਰੂੰ ਬਹੁਤ ਜ਼ੋਰ ਨਾਲ ਬਚਾਤਾ ਨਾ ਕਾਜਲ ਲਾਛੋ ਕੀ ਤਰ੍ਹਾਂ ਆਹ ਦੇਦੀ ਭੈਣ ਨੂੰ ਇਹ ਕਾ ਰਿਆ ਇਹਨੂੰ ਤਾਂ ਇਹਦੇ ਨਾਲ ਭੰਨਣਾ ਬਾਬੇ ਗੋਲੀ ਇਹ ਤਾਂ ਕਾਦੇ ਵੇਸਟ ਕਰਨੀਆਂ ਲੈ ਹੁਣ ਇਹਦੀ ਭੈਣ ਨੂੰ ਬੋਲਟ ਨਹੀਂ ਸੈੱਟ ਹੋਣੇ ਓਹ ਅੱਗੇ ਮੈਂ ਪਹਿਲਾ ਬੋਲਟ ਖਰਾਬ ਕਰਿਆ ਆ। ਸੋ ਮੁੰਡਿਆ ਗੇਮਪਲੇ ਆਪਣਾ ਵਧੀਆ ਨਾ? ਵਧੀਆ ਨਾ ਇਹਦਾ ਸ਼ੁਕਲ। ਰੀਲੋਡ ਕਰ ਆਪਣੀ ਮਾਂ ਨੂੰ। ਆ ਜਾ ਐਛਲੀ ਨੇੜੇ ਨੇੜੇ ਰਹਿ ਮੇਰੇ। ਹਵਾ ਵੀ ਆਪਣੇ ਵਿੱਚੋਂ ਨੰਗਣੀ ਨਹੀਂ ਚਾਹੀਦੀ। ਚੱਕ। ਉਹ ਫਲੈਸ਼ ਗ੍ਰਨੇਡ। ਸਮਾਨਤਾ ਖਾਸਾ ਹੀ ਪਿਆ। ਸਤਨਾਮ ਵਾਹਿਗੁਰੂ ਜੀ। ਇੱਥੇ ਕਰਨਾ ਕੀ ਆ ਲੈ ਹਰਬ ਵੀ ਮਿਲ ਗਈ ਯਾਰ ਇਹਨਾਂ ਦੀ ਭੈਣ ਨੂੰ ਐਡਾ ਅਟੇਚੀ ਸਮਾਨ ਫੇਰ ਨਹੀਂ ਰੱਖ ਹੁੰਦਾ ਸਾਲਿਆਂ ਤੋਂ ਬਾਬੇ ਗੋਟ ਹੈਡ ਬਾਬੇ ਬੱਕਰੇ ਦਾ ਸਹਰੇ ਦਾ ਸਾਲਿਓ ਮੈਂ ਕੀ ਕਰੂੰਗਾ ਬੱਕਰੇ ਦਾ ਮੀਟ ਖਾਣ ਕੋਣ ਖਾਂਦਾ ਕੋਈ ਕਮੈਂਟ ਕਰਕੇ ਜਰੂਰ ਦੱਸਿਆ ਜਾਵੇ ਨਹੀਂ ਮੁੜਿਓ ਕਮੈਂਟ ਕਰਕੇ ਦੱਸੋ ਵਧੀਆ ਚੀਜ਼ ਹੈ ਆਪਣੇ ਕੋਲ ਰਿਸੋਰਸ ਜ਼ਿਆਦਾ ਕਿ ਮਾੜੀ ਚੀਜ਼ ਆ ਯਾਰ ਮੈਨੂੰ ਉਹ ਨਹੀਂ ਲੱਭੀ ਉਹ ਯਾਰ ਆ ਆ ਆ ਥੜਾ ਦਲਿੱਦਰ ਜਿਆ ਪਿੱਛੇ ਉਹ ਤਾਂ ਕੋਈ ਆ ਨਹੀਂ ਸਕਦਾ ਹਨਾ ਮੋਰੇ ਦਾ ਜਿੰਨੇ ਮਰਜੀ ਫੌਜ ਲੈ ਆ ਉਹ ਸਾਲੋ ਜੜ ਡੜਦਾ ਥੋੜਾ ਤੋਂ ਮੈਂ ਕਿਹਾ ਫੌਜ ਲੈਓ ਭਾਵੇਂ ਫੌਜ ਜੇਰ ਮੈਨੂੰ ਉਹ ਨਹੀਂ ਸਮਝ ਲੱਗਾ ਸਾਲਿਆ ਉਹ ਚੈਸਟ ਪਈ ਕਿੱਥੇ ਆ T G G G G G ਜੇਰ ਹੈਗੀ ਐ ਇਸ ਲੈਵਲ ਤੇ ਇਹਦੀ ਬੈਂਡ ਉਹ ਕਿੱਥੇ ਆ ਥੜੀ

ਯਾਰ ਬਾਬਿਆ ਜਿੱਦਾਂ ਦੀਆਂ ਖਟਖਟੀਆਂ ਜਾਂ ਆਵਾਜ਼ਾਂ ਆਉਂਦੀਆਂ ਮੈਨੂੰ ਇਹ ਸਹੀ ਜਿਹੀਆਂ ਲੱਗਦੀਆਂ ਯਾਰ ਇੰਨੇ ਦਿਮਾਗ ਨਾਲ ਇਹ ਨੇੜੇ ਰਹਿ ਸਾਲੀਏ ਪਿੱਛੇ ਪਿੱਛੇ ਭੱਜੀ ਕਿਉਂ ਨਹੀਂ ਤੇਰੇ ਗੋਡੇ ਦੁਖਦੇ ਤੇਰੇ ਯਾਰ ਕੋਲੇ ਕਦੇ ਨਾ ਯਾਰ ਐਡੀਟਰ ਸਾਹਿਬ ਕਹਿ ਦਿੰਦੇ ਕਿ ਗੇਮ ਦੇ ਵਿੱਚ ਦਮ ਜਹਾਨੀ ਫੇਰ ਮੈਂ ਸੋਚਦਾ ਹੁੰਨਾ ਕਿ ਯਾਰ ਇਹ ਦਮ ਹੋਰ ਮੈਂ ਹੁਣ ਅੜਿੰਗਣ ਬਹਿ ਜਾਵਾਂ ਓਏ ਇੱਥੇ ਲੱਗਣਾ ਗੋੜ ਦਾ ਸੈਰ ਓਏ ਆਹੋ ਅੱਛਾ ਇੱਕ ਹਜੇ ਹੋਰ ਲੱਗਣਾ ਗੋਟ ਦਾ ਸਿਰ ਲੱਗਾ ਚੱਲ ਪਿੱਛੇ ਹੋ ਗੋਟ ਦਾ ਤਾਂ ਸਿਰ ਉੱਥੇ ਲੱਗ ਗਿਆ ਅੱਛਾ ਹੁਣਾ ਸੱਪ ਦਾ ਲੱਗਣਾ ਫੰਨਿਆਰ ਨਾਗ ਤੇਰੇ ਯਾਰ ਨੂੰ ਕਹਿੰਦੇ ਨੇ ਫੰਨਿਆਰ ਓ ਡਾਇਨਿੰਗ ਹਾਲ ਕੀਰ ਨੋ ਥੈਂਕਸ ਕੰਦੀ ਇੱਥੇ ਮੈਂ ਨਹੀਂ ਖਾਣਾ ਚਾਹੁੰਦੀ ਕੰਦੀ ਸਾਲਿਆ ਭੁੱਖੇ ਟੱਡਾ ਮਿਲਦਾ ਜੋ ਮਰਜ਼ੀ ਖਾ ਲਈਦਾ ਹੁੰਦਾ ਫ੍ਰੀ ਤਾਂ ਤਾਂ ਬੁਖਾਰ ਨਾ ਛੱਡੀਏ ਉਹ ਸਾਲਿਆ ਰੈੱਡ ਹਰਬ ਚੱਕ ਪਹਿਲਾਂ ਉੱਠ ਓ ਠੋ 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 ਉਹ ਹਰਬ ਚੱਕ ਲੋ ਹਾਂਜੀ ਬੈਠਾ ਜੀ ਰੋਟੀ ਖਾ ਮਾਇਕਾ ਜੀ ਡਾਇਨਿੰਗ ਕਹਿੰਦੀ ਤੂੰ ਮਿਸ਼ਨ ਇਦਾਂ ਦੇ ਕਰਦਾ ਕਹਿੰਦੀ ਕਹਿੰਦਾ ਆਹੋ ਪਰ ਆਮ ਨਾ ਯੂਸ ਟੂ ਹੈਵਿੰਗ ਸੱਚ ਗੁੱਡ ਕੰਪਨੀ ਇਸ ਥੈਟ ਅ ਕੰਪਲੀਮੈਂਟ ਟੇਕ ਇਟ ਹਾਊਐਵਰ ਯੂ ਵਾਂਟ ਕਹਿੰਦੀ ਕੰਪਲੀਮੈਂਟ ਲਗਾ ਜਿੱਦਾਂ ਮਰਜ਼ੀ ਰੱਖ ਲੈ ਬਾਬੇ ਇਹ ਕੀ ਆ ਥਾਲੀ ਫੇਰ ਪਜਲ ਗਈ ਆ ਬਾਬੇ ਮੈਂ ਸਾਰੀਆਂ ਤੇ ਬੈਠ ਬੈਠ ਕੇ ਘੰਟੀ ਵਜਾ ਕੇ ਦੇਖ ਲਈ ਆ ਸਾਲਾ ਕੋਸ਼ਿਸ਼ ਤਾਂ ਨਹੀਂ ਹੁੰਦਾ ਯਾਰ ਇਹ ਐਦਾਂ ਯਾਰ ਮਨ ਬਹੁਤ ਦੁਖੀ ਹੁੰਦਾ ਯਾਰ ਕੁਛ ਤਾਂ ਹੋਵੇ ਥਾਲਾ ਹੈਨਾ ਯਾਰ ਆデア ਟਰ ਟਰ ਵੀ ਸੇਮ ਹੀ ਆ ਲੈ ਹੁੰਦਾ ਤਾਂ ਫੇਕੋਸ਼ ਨਹੀਂ ਨਾ ਉਹ ਸਾਲਿਆ ਸੀਟੀਆਂ ਨਾ ਬੁਝਾ ਇਹ ਚੱਲ ਇੱਥੇ ਬੈਠ ਬੈਹ ਜਾ ਡਰੀ ਕਾ ਨੂੰ ਜਾਨੀ ਆ ਹੈ ਤੇਰੀ ਮਾਂ ਨੂੰ ਤੇਰੀ ਨੂੰ ਇੱਥੇ ਬੈਠ ਸਾਲੀਏ ਇੱਥੇ ਬੈਠ ਪਲੀਜ਼ ਸਿਟ ਹੇਅਰ ਬਾਬੇ ਸਾਰੀਆਂ ਕੁਰਸੀਆਂ ਦੇ ਵਾ ਵੇ ਦੇਖ ਲਿਆ ਹਾਏ ਓਏ ਸੱਚਾ ਆਪਾ ਅੱਛਾ ਚੱਲ ਜਵੇ ਯਾਰ ਐਦਾਂ ਕੁਛ ਨਾ ਕੁਛ ਤਾਂ ਉਹਨਾਂ ਨੂੰ ਹਿੰਟ ਹਿੰਟ ਤਾਂ ਦੇਣਾ ਚਾਹੀਦਾ ਯਾਰ ਓਏ ਓ ਤੇਰੀ ਫਾਈਲ ਉਹ ਖੁੱਲ ਗਿਆ ਕਹਿੰਦਾ ਆਪਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਬਾਬੇ ਬਹੁਤ ਤੰਗ ਹੋਇਆ ਐਡੀਟਰ ਸਾਹਿਬ ਪਲੀਜ਼ ਕਿਰਪਾ ਕਰਕੇ ਕੱਟ ਦਿਓ ਹੁਣ ਯਾਰ ਆ ਕੋਈ ਸੈਂਸ ਨਹੀਂ ਬਣਦੀ ਅਬਟੇਨਡ ਸਰਪੈਂਟ ਹੈਡ ਇਹ ਤਾਂ ਮਸਕਰਾਈ ਜੀ ਕਾ ਤਾਂ ਜਾਨੀ ਆ ਹਾਲੀ ਹੁਣ ਸਰਪੈਂਟ ਹੈਡ ਲਾਣਾ ਕਿੱਥੇ ਆ ਚੱਲ ਜਾ ਓਏ ਫਾਹਾ ਵੱਡਿਆ ਭਰਾਵਾ ਕਿੰਦੀਸ ਟੈਲੀ ਮਿਸਿੰਗ ਐ ਵੀਜ਼ਾ ਬੱਬੇ ਹੁਣ ਇਹ ਕਿਥੋਂ ਲੈ ਕੇ ਆਵਾਂ ਇਹ ਹੁਣ ਜਾਣਾ ਪਣਾ ਇਧਰ ਨੂੰ ਉਹ ਲੱਗਾ ਆ ਦਰਵਾਜ਼ਾ ਸੋ ਠੀਕ ਹੈ ਮਿੱਤਰੋ ਦਿਮਾਗ ਬਹੁਤ ਖਰਾਬ ਕਰ ਲਿਆ ਮੈਂ ਨਹੀਂ ਹੋਰ ਕਰ ਸਕਦਾ ਇਹਦੀ ਭੈਣ ਨੂੰ ਟਾਈਮ ਹੀ ਖਰਾਬ ਹੋਇਆ ਮਿਲਦੇ ਆਂ ਅਗਲੀ ਗੇਮ ਦੇ ਵਿੱਚ ਉਦੋਂ ਤੱਕ ਲਈ ਮੇਰੇ ਵੀਰੋ ਬਾਏ ਬਾਏ ਸਾਰਿਆਂ ਨੂੰ バレロゲームでは、チップレロン、めジ、チップレロン。OK、まーイ、バトルー